ਬੀਤੇ ਦਿਨੀ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ਪੰਜਾਬ ਹੋਮ ਗਾਰਡਸ ਵਲੰਟੀਅਰਸ ਦੀ ਡਰਿਲ ਅਤੇ ਵੈਪਨ ਹੈਂਡਲਿੰਗ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ੍ਰੀ ਸੁੰਦਰ ਸ਼ਾਮ ਅਰੋੜਾ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨਾਲ ਸਰਦਾਰ ਬਲਬੀਰ ਕੁਮਾਰ ਬਾਵਾ IPS ADGP ਹੋਮ ਗਾਰਡਸ ਅਤੇ ਸਿਵਲ ਡਿਫੈਂਸ ਨੇ ਪਾਸਿੰਗ ਆਊਟ ਪਰੇਡ ਸੈਰੇਮਨੀ ਨੂੰ ਪ੍ਰਿਸਾਈਡ ਓਵਰ ਕੀਤਾ। ਇਸ ਸਾਰੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਰਦਾਰ ਭੁਪਿੰਦਰ ਸਿੰਘ ਕਮਾਂਡੈਂਟ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਨੇ ਸਾਰੀ ਟੀਮ ਨੂੰ ਜਾਣਕਾਰੀ ਦਿੱਤੀ। PRTC ਜਹਾਨ ਖੇਲਾਂ ਦੀ ਸਥਾਪਨਾ 1 ਨਵੰਬਰ 1947 ਨੂੰ ਹੋਈ। ਜੇ ਮੈਂ ਇਹ ਕਵਾਂ, ਇਹ ਪੰਜਾਬ ਦਾ ਹੀ ਨਹੀਂ ਇੰਡੀਆ ਦੇ ਵੀ ਗਿਣੇ ਚੁਣੇ ਟ੍ਰੇਨਿੰਗ ਸੈਂਟਰਾਂ ਦੇ ਵਿੱਚੋਂ ਇੱਕ ਹੈ, ਜਿੱਥੇ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਬੇਸਿਕ ਟ੍ਰੇਨਿੰਗ ਲਗਭਗ ਜਿਹੜੀ ਕਿ 9 ਮਹੀਨੇ ਦੀ ਹੈ ਹੁੰਦੀ ਹੈ। ਇਸ ਟ੍ਰੇਨਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਫਿਜ਼ੀਕਲ ਤੌਰ 'ਤੇ ਤਾਂ ਫਿੱਟ ਰੱਖਦੀ ਹਾਂ, ਇਸ ਤੋਂ ਇਲਾਵਾ ਲਾ ਪੁਲਿਸ ਫੰਕਸ਼ਨਿੰਗ, ਲਾ ਐਂਡ ਆਰਡਰ ਦੀਆਂ ਡਿਊਟੀਆਂ, ਨਾਕਾਬੰਦੀ, ਮੌਬ ਕੰਟਰੋਲ ਤੋਂ ਇਲਾਵਾ ਇਹ ਅਸੀਂ ਇਹਨਾਂ ਨੂੰ ਸਿਖਾਉਂਦੇ ਹਾਂ ਤਾਂ ਕਿ ਇਹ ਫੀਲਡ ਦੇ ਵਿੱਚ ਜਾ ਕੇ ਵਧੀਆ ਡਿਊਟੀ ਕਰ ਸਕਣ। ਜਿਹੜਾ ਕੋਰਸ ਦੀ ਡਿਜ਼ਾਇਨਿੰਗ ਸਾਡੇ ADGP HRD ਮੈਡਮ ਸ਼ਸ਼ੀ ਪ੍ਰਭਾ ਅਤੇ ਡਾਇਰੈਕਟਰ ਫਲੋਰ ਮੈਡਮ ਅਨੀਤਾ ਪੁੰਜ ਮਾਨਜੋ IGP ਸਾਹਿਬ ਨੇ ਤਿਆਰ ਕੀਤਾ ਸੀ। ਇਸਦਾ ਮਕਸਦ ਸਿਰਫ ਇਹੀ ਸੀ ਕਿ ਇਹਨਾਂ ਨੇ ਜਾ ਕੇ ਪੁਲਿਸ ਸਟੇਸ਼ਨਾਂ ਦੇ ਵਿੱਚ ਡਿਊਟੀ ਦੇਣੀ, ਕਿਉਂਕਿ ਪੁਲਿਸ ਸਟੇਸ਼ਨ ਦੀ ਵਰਕਿੰਗ ਅਤੇ ਇਹਨਾਂ ਦੀ ਵਰਕਿੰਗ ਇੱਕੋ ਇੱਦਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਲਾ ਐਂਡ ਆਰਡਰ ਦੀਆਂ ਡਿਊਟੀਆਂ, ਨਾਕਾਬੰਦੀ, ਮੌਬ ਕੰਟਰੋਲ ਦੇ ਵਿੱਚ ਪੁਲਿਸ ਦੀ ਮਦਦ ਕਰ ਸਕਣ। ਸੋ ਇਹਨਾਂ ਦਾ ਕੋਰਸ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਅੱਛਾ, ਜੋ ਕਿ 45 ਦਿਨ ਦੇ ਵਿੱਚ ਇਹਨਾਂ ਨੂੰ ਅਸੀਂ ਬਹੁਤ ਹੀ ਮਿਹਨਤ, ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤਾ ਗਿਆ। ਮੇਰਾ ਇਹਨਾਂ ਨੂੰ ਇਹੀ ਸੰਦੇਸ਼ ਹੈ, ਜਿਸ ਤਰ੍ਹਾਂ ਇਹਨਾਂ ਨੇ PRTC ਜਹਾਨ ਖੇਲਾਂ ਤੋਂ ਟ੍ਰੇਨਿੰਗ ਲਈ ਹੈ, ਇਹ ਫੀਲਡ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਡਿਊਟੀ ਕਰਨ, ਹਰ ਤਰ੍ਹਾਂ ਦੀ ਡਿਊਟੀ ਸੱਚੀ ਦੇਸ਼ ਭਗਤੀ ਨਾਲ ਕਰਨ, ਇਹੀ ਮੇਰਾ ਇਹਨਾਂ ਨੂੰ ਸੰਦੇਸ਼ ਹੈ। ਹੋਮ ਗਾਰਡਸ ਵਲੰਟੀਅਰ ਦੀ ਪਰੇਡ ਵੱਲੋਂ ਮੁੱਖ ਮਹਿਮਾਨ ਨੂੰ ਰਸਮੀ ਸਲਾਮੀ ਪੇਸ਼ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਪਰੇਡ ਵੱਲੋਂ ਸਹੁੰ ਚੁੱਕ ਸੈਰੇਮਨੀ ਕੀਤੀ ਗਈ ਅਤੇ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਸਰਦਾਰ ਭੁਪਿੰਦਰ ਸਿੰਘ ਕਮਾਂਡੈਂਟ PRTC ਜਹਾਨ ਖੇਲਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਮੰਚ ਤੋਂ PRTC ਦੀਆਂ ਉਪਲਬਧੀਆਂ ਬਾਰੇ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਮੈਂ ਸਮੁੱਚੀ PRTC ਵੱਲੋਂ ਮੁੱਖ ਮਹਿਮਾਨ ਸਾਹਿਬ ਜੀ ਦਾ ਅਤੇ ਆਪ ਸਾਹਿਬ ਜੀ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਕਰਦਾ ਹਾਂ ਅਤੇ ਜੀ ਆਇਆ ਆਖਦਾ ਹਾਂ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜਦ ਮੁੱਖ ਮੰਤਰੀ ਸਾਹਿਬ 9 ਜੁਲਾਈ ਨੂੰ ਪੰਜਾਬ ਪੁਲਿਸ ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ 'ਤੇ ਇੱਥੇ ਪਹੁੰਚੇ ਸਨ, ਤਦ ਮੰਤਰੀ ਜੀ ਵੀ ਉਸ ਵੇਲੇ ਉਹਨਾਂ ਦੇ ਨਾਲ ਸਨ ਅਤੇ ਉਦੋਂ ਮੁੱਖ ਮੰਤਰੀ ਸਾਹਿਬ ਨੇ PRTC ਜਹਾਨ ਖੇਲਾਂ ਨੂੰ IMA ਦੇ ਪੱਧਰ ਦਾ ਟ੍ਰੇਨਿੰਗ ਸੰਸਥਾਨ ਦਰਸਾਇਆ ਸੀ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅੱਜ ਪੰਜਾਬ ਹੋਮ ਗਾਰਡਸ ਵਲੰਟੀਅਰਸ ਦੇ ਇਸ ਬੈਚ ਵਿੱਚ ਜਦ ਮਾਨਯੋਗ ਮੁੱਖ ਮਹਿਮਾਨ ਸਾਹਿਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਪਧਾਰੇ ਹਨ,
ਤਾਂ ਸਾਨੂੰ ਆਸ ਹੈ ਕਿ ਜਿਵੇਂ ਉਸ ਦਿਨ ਮੁੱਖ ਮੰਤਰੀ ਸਾਹਿਬ ਦੇ ਨਾਲ ਪ੍ਰੇਰ ਤੋਂ ਪ੍ਰਭਾਵਿਤ ਹੋਏ ਸਨ ਅਤੇ ਅੱਜ ਵੀ ਪ੍ਰੇਰ ਦੇ ਇਸ ਪ੍ਰਦਰਸ਼ਨ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦੀ ਗੱਲ ਮੁੱਖ ਮੰਤਰੀ ਸਾਹਿਬ ਪਾਸ ਆਪ ਜ਼ਰੂਰ ਕਰਨਗੇ। ਇਸ ਕੋਰਸ ਵਿੱਚ ਕੁੱਲ 624 ਵਲੰਟੀਅਰ ਪਾਸ ਆਊਟ ਹੋ ਰਹੇ ਹਨ। ਇਸ ਬੈਚ ਵਿੱਚ 579 ਪੁਰਸ਼ ਵਲੰਟੀਅਰਸ 579 ਅਤੇ 45 ਮਹਿਲਾ ਵਲੰਟੀਅਰ ਸ਼ਾਮਲ ਹਨ। ਮੈਂ ਦੱਸਣਾ ਚਾਹੂੰਗਾ ਕਿ ਇਹ ਵਲੰਟੀਅਰ ਉਹ ਟ੍ਰੇਨਿੰਗ ਹਨ ਜੋ ਪ੍ਰਾਇਓਰਟੀ ਬੇਸ 'ਤੇ ਆਏ ਹਨ ਅਤੇ ਇਹਨਾਂ ਟ੍ਰੇਨਿੰਗ ਦੇ ਪਰਿਵਾਰ ਦੇ ਮੁਖੀ ਪੰਜਾਬ ਹੋਮਗਾਰਡ ਵਿੱਚ ਡਿਊਟੀ ਦੇ ਦੌਰਾਨ ਗੁਜ਼ਰ ਗਏ ਸਨ। ਮੁੱਖ ਮੰਤਰੀ ਸਾਹਿਬ ਪੰਜਾਬ ਜੀ ਨੇ ਖੁਦ ਇਹਨਾਂ ਨੂੰ ਮਾਰਚ ਮਹੀਨੇ ਵਿੱਚ ਨਿਯੁਕਤੀ ਪੱਤਰ ਦਿੱਤੇ ਸਨ। ਮੈਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਬੈਚ ਨੇ ਆਪਣੀ ਬੇਸਿਕ ਕੋਰਸ ਪੂਰੀ ਮੁਹਾਰਤ ਨਾਲ ਗ੍ਰਹਿਣ ਕੀਤਾ ਹੈ। ਸਾਡੇ ਕੋਲ ਇਹ ਕੋਰਸ 45 ਡੇਜ਼ 45 ਦਿਨ ਦੀ ਟ੍ਰੇਨਿੰਗ ਵਾਸਤੇ ਹਾਜ਼ਰ ਆਇਆ ਸੀ। ਇਸ ਕੋਰਸ ਦੌਰਾਨ ਡ੍ਰਿਲ ਐਂਡ ਵੈਪਨ ਹੈਂਡਲਿੰਗ ਦੀਆਂ ਤਮਾਮ ਸਿੱਖਿਆ ਪ੍ਰਣਾਲੀਆਂ ਵਿੱਚੋਂ ਇਹਨਾਂ ਟ੍ਰੇਨਿੰਗ ਨੂੰ ਗੁਜ਼ਾਰਿਆ ਗਿਆ ਹੈ ਅਤੇ ਅਨਆਰਮਡ ਕੰਬੈਕਟ ਸਕਾਈ ਡ੍ਰਿਲ, ਲਾਠੀ ਡ੍ਰਿਲ, ਗਾਰਡ ਡਿਊਟੀ, ਫਸਟ ਏਡ ਅਤੇ ਟੀਅਰ ਗੈਸ ਦੀ ਵਰਤੋਂ ਵਿੱਚ ਪ੍ਰਪੱਖ ਹੋ ਚੁੱਕੇ ਹਨ। ਸ਼੍ਰੀ ਬਲਬੀਰ ਕੁਮਾਰ ਬਾਵਾ ADGP ਹੋਮਗਾਰਡਸ ਦੇ ਮੰਚ ਤੋਂ ਸੰਬੋਧਨ ਕਰਦਿਆਂ ਹੋਮਗਾਰਡਸ ਦੇ ਪਿਛੋਕੜ ਅਤੇ ਬਹਾਦਰੀ ਤੋਂ ਜਾਣੂ ਕਰਵਾਇਆ। ਜਿੰਨੇ ਵੀ ਆ ਸਾਡੇ ਹੋਮਗਾਰਡ ਦੇ ਵਲੰਟੀਅਰ ਨੂੰ ਜਿਨ੍ਹਾਂ ਦੀ ਡਿਊਟੀ ਦੌਰਾਨ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੇ ਬੱਚਿਆਂ ਨੂੰ ਅੱਗੇ ਤਾਂ ਕੰਟੀਨਿਊ ਪ੍ਰੋਸੈਸ ਜਾਰੀ ਰਹੇਗਾ। ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰ 855 ਵਲੰਟੀਅਰ ਦੀ ਭਰਤੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ ਅਤੇ ਇਹ ਸਾਰੇ ਪਰਿਵਾਰ CM ਸਾਹਿਬ, ਪੰਜਾਬ ਸਰਕਾਰ, ਮੰਤਰੀ ਸਾਹਿਬ ਦਾ ਇਸ ਉੱਦਮ ਲਈ ਦਿਲੋਂ ਰਿਣੀ ਰਹਿਣਗੇ। ਮਾਨਯੋਗ ਮੰਤਰੀ ਸਾਹਿਬ, ਪੰਜਾਬ ਹੋਮਗਾਰਡ 1960 ਵਿੱਚ ਹੋਂਦ ਵਿੱਚ ਆਈ ਸੀ ਅਤੇ ਹੋਮਗਾਰਡ ਦੇ ਵਲੰਟੀਅਰ ਨੇ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ 'ਚ ਵੀ ਵੱਧ ਚੜ੍ਹ ਕੇ ਭਾਗ ਲਿਆ ਸੀ। ਇਸ ਦੌਰਾਨ ਹੋਮਗਾਰਡ ਦੇ 30 ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਅਤੇ 31 ਵਲੰਟੀਅਰਸ ਜ਼ਖਮੀ ਹੋਏ ਸਨ। 9 ਵਲੰਟੀਅਰਸ ਨੇ ਪਾਕਿਸਤਾਨ ਵਿੱਚ 1 ਸਾਲ ਤੱਕ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜਦੋਂ ਪੰਜਾਬ ਵਿੱਚ ਅੱਤਵਾਦ ਪੂਰੇ ਸਿਖਰਾਂ 'ਤੇ ਸੀ ਉਦੋਂ ਵੀ ਪੰਜਾਬ ਹੋਮਗਾਰਡ ਦੇ ਵਲੰਟੀਅਰ ਨੇ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਅਤੇ ਨਿਭਾਈ। ਕਈ ਵਲੰਟੀਅਰ ਨੇ ਉਸ ਦੌਰਾਨ ਆਪਣੀ ਸ਼ਹਾਦਤ ਵੀ ਦਿੱਤੀ ਹੈ। 20 May 2015 ਵਿੱਚ ਪੁਲਿਸ ਸਟੇਸ਼ਨ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨੇ ਬੜੀ ਹੀ ਅੱਤਵਾਦੀਆਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ। ਉਸ ਹਮਲੇ ਵਿੱਚ 3.5 ਹੋਮਗਾਰਡ ਦੇ ਜਵਾਨ ਸ਼ਹੀਦ ਹੋ ਗਏ ਸੀ ਅਤੇ 3 ਜ਼ਖਮੀ ਹੋ ਗਏ ਸੀ। ਮੰਤਰੀ ਸਾਹਿਬ, ਇਸ ਵੇਲੇ ਪੰਜਾਬ ਹੋਮਗਾਰਡ ਵਿੱਚ 12,811 ਵਲੰਟੀਅਰਸ ਹਨ ਅਤੇ ਇਹ ਵਲੰਟੀਅਰ ਪੰਜਾਬ ਪੁਲਿਸ ਦੰਦੇ ਨਾਲ ਲਾਅ ਐਂਡ ਆਰਡਰ ਡਿਊਟੀ, ਰੇਲਵੇ ਡਿਊਟੀ, ਭਾਖੜਾ ਡੈਮ ਦੀ ਡਿਊਟੀ, ਜੇਲ੍ਹ ਸੁਰੱਖਿਆ ਅਤੇ ਬੈਂਕ ਸੁਰੱਖਿਆ ਵਿੱਚ ਵੀ ਡਿਊਟੀਆਂ ਦੇ ਰਹੇ ਹਨ। ਪਹਿਲਾਂ ਹੋਮਗਾਰਡ 303 ਰਾਈਫਲਾਂ ਨਾਲ ਡਿਊਟੀ ਕਰਦੇ ਸੀ, ਹੁਣ ਉਹਨਾਂ ਨੂੰ ਬਿਹਤਰ ਟ੍ਰੇਨਿੰਗ ਦੇ ਕੇ ਸਰਕਾਰ ਵੱਲੋਂ SLR ਵੀ ਰਾਈਫਲਾਂ ਵੀ ਪ੍ਰੋਵਾਈਡ ਕੀਤੀਆਂ ਗਈਆਂ ਹਨ। ਉਹਨਾਂ ਸਾਡੀ ਟੀਮ ਨਾਲ ਵੀ ਗੱਲਬਾਤ ਕੀਤੀ। ਮੈਨੂੰ ਬੜੇ ਫਖਰ ਨਾਲ ਕਹਿਣਾ ਪੈ ਰਿਹਾ ਹੈਗਾ ਕਿ 855 'ਚੋਂ 624 ਬੱਚੇ ਇੱਥੇ ਪਾਸਿੰਗ ਆਊਟ ਪਰੇਡ ਲਈ ਜਹਾਨ ਖੇਲਾਂ ਆਏ ਨੇ, ਜਿਨ੍ਹਾਂ ਨੇ ਬਹੁਤ ਅੱਛੀ ਟ੍ਰੇਨਿੰਗ, ਸਰਦਾਰ ਭੁਪਿੰਦਰ ਸਿੰਘ ਜਿਹੜੇ ਇੱਥੇ ਆ ਕਮਾਂਡੈਂਟ ਨੇ, ਉਹਨਾਂ ਨੇ ਜਹਾਨ ਖੇਲਾਂ 'ਚ ਇਹਨੂੰ ਬਹੁਤ ਹੀ ਅੱਛੀ ਟ੍ਰੇਨਿੰਗ ਦਿੱਤੀ ਹੈ। ਮੈਂ ਟ੍ਰੇਨਿੰਗ ਦੇ ਪਾਸਿੰਗ ਆਊਟ ਦੇ ਉਹਨਾਂ ਦਾ ਜਿਹੜਾ ਪਹਿਲਾ ਰਿਹਰਸਲ ਕੱਲ੍ਹ ਦੇਖੀ ਸੀ ਉਹਦੇ ਵਿੱਚ ਬਹੁਤ ਹੀ ਅੱਛੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ। ਜਿਹੜੀ 9 ਮਹੀਨੇ ਦੀ ਪੰਜਾਬ ਪੁਲਿਸ ਦੇ ਕੰਸਟੇਬਲ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਸਰਦਾਰ ਭੁਪਿੰਦਰ ਜਿਹੜੇ ਕਮਾਂਡੈਂਟ ਨੇ, ਉਹਨਾਂ ਨੇ ਆਪਣੇ ਸਟਾਫ ਦੇ ਨਾਲ ਇਹਨਾਂ ਨੂੰ ਦਿਨ ਰਾਤ ਇੱਕ ਕਰਕੇ 45 ਦਿਨਾਂ 'ਚ ਉਹ ਸਾਰੀ ਟ੍ਰੇਨਿੰਗ ਦਵਾਈ ਹੈ, ਜਿਸ ਲਈ ਮੈਂ ਇਹਨਾਂ ਦੇ ਕਮਾਂਡੈਂਟ ਜਨਰਲ
अपने कमांडेंट श्री भुपिंदर सिंह की बहुत ही तारीफ करदा। मैं अपने होमगार्ड के जवानों लिए उन्होंने ये कहना चाहता, जिदा उन्होंने 9 महीने की ट्रेनिंग 45 दिन च पूरी कर ली है, इस तरह हूँ उन्होंने पंजाब पुलिस के नाल ही ड्यूटी करनी है, पुलिस स्टेशन च जाना, जेलों की ड्यूटी करनी है, VIP की ड्यूटी करनी है। मैं विश्वास दिलाना है कि ये होमगार्ड उत्थे भी जिद्दां ते ट्रेनिंग उन्होंने इन्नी अच्छी की, पंजाब पुलिस के नाल मोढ़े दे मोढ़ा नाल ला के अच्छी ड्यूटी करनगे, ते पंजाब पुलिस दा ते होमगार्ड दा नाम भी पूरा रोशन करनगे। मुख मेहमान सुंदर शाम अरोड़ा, कैबिनेट मंत्री पंजाब ने होमगार्ड्स वॉलंटियर्स की पासिंग आउट परेड की शलाघा करदा कहा। PRTC के कमांडेंट सरदार भुपिंदर सिंह जी, मैनूं पिछली बार भी इत्थे आउण दा मौका मिलिया, जिस तरह इन्होंने इत्थे काम कीता, जिस तरह इन्हों का योगदान है, ये PRTC जहान खेलां दे विच इसनूं सदा याद रख्या जाएगा और इसनूं कदी भुलाया नहीं जा सकता। जिनी मेहनत और लगन दे नाल इत्थे काम करदे ने, मैं इन्हां नूं सलूट करदा ते वधाई दे पात्र ने। मैं बहुत प्रभावित होया कि जिहड़ी 9 महीने दे अंदर ट्रेनिंग दित्ती जांदी सी, उह कमांडर साहब ते उहनां दी टीम ने 45 दे अंदर दे दिन देख के इन्नी वधिया ट्रेनिंग दित्ती कि जदों पास आउट परेड देखी, ये मैजर नहीं किया जा सकता कि इन्हां जवानों की 9 महीने की ट्रेनिंग है या 45 डेज की ट्रेनिंग है। बहुत ही अच्छी परेड, मैं इन्हां नूं बच्चों नूं मुबारकबाद देना चाहुंदा और ये बच्चों वास्ते मैं परम पिता परमात्मा को अरदास करदा कि जिस तरह एक वलंटियर के रूप दे विच इन्हां ने अपने आप नूं देश लई समर्पित किया है, परमात्मा इन्हां दी कामयाबी दे लई राह पदरा करे। मैं इन्हां नूं मुबारकबाद देना चाहुंदा। ये बहुत घट अफसर मिलते ने, मेरी तो सियासी जीवन दे विच ये पहला अफसर है। 1975 दे विच इदां दी पास आउट परेड जिहड़ी है, उस वेले दे मुख्यमंत्री डॉक्टर ज्ञानी जैल सिंह जी की अगुवाई के अंदर हुई सी, ते अज दी जिहड़ी ये परेड है, ये मानयोग साडे मुख्यमंत्री CM साहब महाराजा कैप्टन अमरिंदर सिंह जी ने, जिन्होंने आना सी, उन्हां दी सेहत तंदुरुस्त ना होण करके वह नहीं आ सके, उन्हां दा 2 बार प्रोग्राम कैंसल होया, उन्होंने मैनू भेजिया। मैं उन्हां वालों भी CM साहब वालों भी सारिया नूं वधाई दिंदा हाँ और मैं उम्मीद करदा हाँ कि बड़े जल्द Hoshiarpur आ रहे ने ते वह इत्थे PRTC च आउणगे। मैं उन्हां वालों भी उन्हां परिवारां नूं उन्हां बच्चियां नूं मुबारकबाद देना चाहुंदा जिन्हां ने वलंटियर दे रूप दे विच सेवा करन दे लई अपने आप नूं देश दे लई अग्गे कीता है। इस मौके PRTC दे जवानां वल्लों बैंड शो विच मधुर धुनां नाल खूब समां बन्निया। जवानों वालों मलखंब शो विच शरीरिक कसरत का नमूना पेश किया गया। इस मौके जवानों वालों मोटरसाइकिल शो नाल दर्शकों लिए खूब करतब दिखाए। ਸੱਜਣ ਤਾਂ ਛਣਕੇ ਮਣਕੇ
ਪੰਜਾਬ ਪੁਲਿਸ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਅਤੇ ਪੁਲਿਸ ਜਵਾਨਾਂ ਵੱਲੋਂ ਮਲਵਈ ਗਿੱਧਾ ਬਿਹਤਰੀਨ ਪੇਸ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਵੋਟ ਆਫ ਥੈਂਕਸ ਦੀ ਰਸਮ ਸਰਦਾਰ ਕੁਲਤਰਨ ਸਿੰਘ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਨਿਭਾਈ। ਸਾਡੇ 600 ਜਵਾਨ ਜਿਹਨਾਂ ਨੇ ਇੱਥੇ
ਡਰਿਲ ਐਂਡ ਵੈਪਨਸ ਹੈਂਡਲਿੰਗ ਦਾ ਕੋਰਸ ਕੀਤਾ ਹੈ ਉਹ ਪਾਸ ਹੋ ਕੇ ਇੱਥੋਂ ਜਾ ਰਹੇ ਨੇ ਇਸ ਮੌਕੇ ਆਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ ਇਸ ਪ੍ਰਕਾਰ PRTC ਵਿਖੇ ਇੱਕ ਕਾਰਜਕ੍ਰਮ ਆਪਣੇ ਬਿਹਤਰ ਮਾਪਦੰਡ ਪੇਸ਼ ਕਰਦਾ ਹੋਇਆ ਸੰਪੰਨ ਹੋ ਗਿਆ।